ਕਿਉਂ ਭਾਅ ਜੀ ਉਹ ਗੱਡੀ ਤੁਹਾਡੇ ਕੋਲ ਹੈ ਨਹੀਂ ਜਿਹਦੇ 'ਚ ਛੋਟੀ ਜਿਹੀ ਫਰਿੱਜ ਵੀ ਹੁੰਦੀ ਆ? ਬੋਤਲਾਂ ਵੇਚਣੀਆਂ ਤੂੰ, ਫਰਿੱਜ ਕੀ ਕਰਨੀ? ਉਹ ਮਿਸਾਲ ਹੁੰਦੀ ਆ, ਆਹ ਦੇਖੋ ਅੰਦਰੋਂ ਗੱਡੀ, ਇੱਧਰੋਂ ਦੀ ਇੱਧਰੋਂ ਹੀ ਦੇਖੋ ਅੰਦਰ। ਹੈਲੋ, ਨਹੀਂ ਮੈਂ ਕਿਹਾ ਦੇਖ ਲਓ, ਇਹ ਐਸਟਰੇ ਹੈਗਾ ਭਾਅ ਜੀ, ਐਸਟਰੇ। ਸਿਗਰਟ ਸੁਗਰਟ ਵੀ ਕਈ ਪੀਂਦੇ ਨਾ ਲੋਕ। ਇੱਥੇ ਚਾਹ ਪਵਾ ਕੇ ਲਿਆ ਮਾਸਾ। ਉਹ ਚਾਹ ਵਾਲਾ ਨਹੀਂ, ਉਹ ਸਿਗਰਟ ਵਾਲਾ ਭਾਈ, ਚਾਹ ਪਵਾ ਕੇ ਲਿਆ। ਗੋਗਿਆ ਜੀ, ਫਿਰ ਇੱਕ ਆਪਣੀ ਚਿਲਤਨ ਪਿਓਰ ਵਾਲਿਆਂ ਦਾ ਬੜਾ ਅੱਛਾ ਪਰਫਿਊਮ ਆਇਆ ਜੀ। ਅੱਛਾ ਜੀ, ਨਾਂ ਦਾ ਇਹਦਾ ਜੀ ਨਾਜ਼ਰੀਨ ਮਾਊਂਟ, ਮਾਊਂਟ ਮਾਊਂਟ ਪਰਫਿਊਮ ਆ ਜੀ। ਤੁਸੀਂ ਮਾਊਂਟ ਤੇ ਇੱਕ ਪਹਾੜੇ ਦਾ ਨਾਮ ਵੀ ਪਹਾੜੀ ਯਾਰ, ਉਹ ਮਾਊਂਟ ਐਵਰੈਸਟ ਆ ਜਿਹੜੀ ਅਮਰੀਕਾ ਦੇ ਵਿੱਚ। ਤੂੰ ਤੇ ਆ ਸਾਂਗਲੇ ਵਾਲੀ ਪਹਾੜੀ ਨਹੀਂ ਟੱਪਿਆ, ਉਹਦੀ ਕੋਈ ਗੱਲ ਕਰ। ਸਾਂਗਲੇ ਇੱਕੋ ਹੀ ਪਹਾੜੀ ਆ, ਇੱਕੋ ਪਹਾੜੀ ਆ, ਤਾਂ ਹੀ ਉਹ ਸਾਂਗਲਾ। ਤੈਨੂੰ ਇੰਨਾ ਪਤਾ ਵੀ ਸਾਂਗਲਾ ਹਿੱਲ ਹਿੱਲ ਕਿਹਨੂੰ ਕਹਿੰਦੇ ਆ? ਪਹਾੜ ਕਹਿੰਦੇ ਪਹਾੜ ਨੂੰ, ਤੇ ਇੱਥੋਂ ਤੂੰ ਵੀ ਹਿੱਲ। ਲੇਕਿਨ ਉਹ ਪਹਾੜ ਸੀਗਾ, ਲੇਕਿਨ ਸਾਂਗਲੇ ਵਾਲੇ ਨੂੰ ਤੋੜ ਤੋੜ ਕੇ ਨਾ ਪਹਾੜੀ ਜੀ ਕਰ ਦਿੱਤਾ। ਉਹ ਬਸ ਐਵੇਂ, ਉਹ ਤੇ ਪਾਰਕ ਜੀ ਬਣ ਗਈ। ਪਹਾੜੀ ਬੱਕਰਾ ਵੇਖਿਆ ਕਦੀ? ਨਹੀਂ। ਸ਼ੀਸ਼ਾ ਵੇਖ, ਇਹ ਦੇਖੋ ਜੀ ਆਪਣਾ ਮਾਊਂਟ, ਮਾਊਂਟ ਪਰਫਿਊਮ ਆ ਜੀ, ਪਰਫਿਊਮ ਆ ਜੀ। ਨਾਜ਼ਰੀਨ, ਅੱਜ ਕੱਲ੍ਹ ਦਰਜਾ ਹਰਾਰਤ ਜਿਹੜੀ ਪਾਕਿਸਤਾਨ 'ਚ, ਸਪੈਸ਼ਲੀ ਪੰਜਾਬ, ਅਤੇ ਬੰਦੇ ਨੂੰ ਪਸੀਨਾ ਵੀ ਆ ਜਾਂਦਾ, ਪਸੀਨਾ ਆ ਜਾਂਦਾ, ਗਰਮੀ ਆਉਂਦੀ, ਸਮੈਲ ਆਉਂਦੀ, ਬੈਡ ਸਮੈਲ ਆਉਂਦੀ। ਫਿਰ ਬੰਦਾ ਇਹ ਉਹਨਾਂ ਨੇ ਬਣਾਇਆ ਵੀ ਗੋਗਾ ਜੀ, ਛੋਟਾ ਜਿਹਾ ਬੜਾ ਅੱਛਾ, ਕਿ ਤੁਸੀਂ ਆਪਣੇ ਪਰਸ 'ਚ ਵੀ ਰੱਖ ਸਕਦੇ ਹੋ। ਹਾਂਜੀ, ਤੁਸੀਂ ਆ ਉਤਲੀ ਜੇਬ 'ਚ ਪਾ ਲੈਣਾ। ਆ ਇੱਕ ਚੀ ਪਤਾ ਕਿੰਨੇ 'ਚ ਪੈਂਦੀ? ਕਿੰਨੇ 'ਚ ਪੈਂਦੀ? ਮੇਰਾ ਹੱਥ 2-4 ਰੁਪਏ 'ਚ ਹੀ ਪੈਂਦੀ ਆ। ਚਲੋ ਜਿੰਨੇ 'ਚ ਵੀ ਪੈਂਦੀ ਆ, ਬਰਾਲ ਇਹਨਾਂ ਦੀਆਂ। ਲੇਕਿਨ ਮੈਂ ਤੁਹਾਨੂੰ ਲਾ ਤਾਂ ਲਵਾਂ ਥੋੜ੍ਹਾ ਜਿਹਾ, ਤੁਸੀਂ ਜਾਣਾ ਨਹੀਂ ਮੇਰੇ ਨਾਲ? ਅੱਗੇ ਨਹੀਂ ਜਾਂਦਾ ਤੇਰੇ ਨਾਲ ਯਾਰ, ਕਿੱਧਰ ਖੁੱਲਣਾ? ਐ ਐ ਉਹ ਚੱਲ ਬਸ ਕਰੀ ਆ। ਖੁਸ਼ਬੂ ਕੈਸੀ ਆ? ਨਾਈ ਬਣ ਗਏ ਜੀ, ਅੱਛੀ ਆ ਗੋਗੇ, ਯਕੀਨ ਕਰ ਯਾਰ। ਭਾਈ ਬਸ ਕਰ, ਮੈਂ ਸਾਰੀ ਲਾਉਣੀ, ਮੈਂ ਨਹਾਤਾ ਵਾਂ ਯਾਰ, ਭਾਈ ਮੈਂ ਨਹਾਤਾ ਵਾਂ। ਹੈ ਕੀ ਹੋਏ, ਮੈਂ ਹੁਣ ਨਹਾ ਗਿਆ। ਨਹਾਤਾ? ਹਾਂ ਆ ਭਾਜੀ ਨਹਾਤਾ ਇਹੋ ਜਿਹਾ ਜੇ। ਆਓ ਇੱਕ ਵਧੀਆ ਜੀ ਵੀਡੀਓ ਬਣਾਉਂਦੇ ਹਾਂ ਜਾ ਕੇ ਯਾਰ। ਚੱਲ ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ, ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ, ਹੋਏ ਨੂੰ ਵੇਖਦੇ ਸਮੁੰਦਰੋਂ। ਪੁੱਤਰ ਜ਼ਰਾ ਧਿਆਨ ਨਾਲ ਕੱਪੜਾ ਕੁਪੜਾ ਮਾਰ ਇਹਦੇ 'ਤੇ ਵੀ। ਹਾਂਜੀ ਸਰ, ਕੀ ਫਸਲਾ ਕੀ ਲੱਭ ਰਿਹਾ ਭਾਅ ਜੀ? ਭਾਅ ਜੀ ਟਾਇਰ ਚਾਹੀਦੇ ਆ, ਟਾਇਰ ਚੈੱਕ ਕਰ। ਅਸਲਾਮ ਵਾਲੇਕੁਮ। ਅਸਲਾਮ ਭਾਈ, ਚੋਰੀ ਜ਼ੁਲਫਕਾਰ ਨੇ ਭੇਜਿਆ, ਜਿਹੜੇ ਡਰਾਮਾ ਪ੍ਰੋਡਿਊਸਰ ਨੇ ਨਾ, ਡਰਾਮੇ ਅਲਹਮਰਾ ਜਿਹੜੇ ਕਰਾਉਂਦੇ, ਅਲਹਮਰਾ ਚ ਡਰਾਮੇ 'ਚ ਕੰਮ ਚਾਹੀਦਾ? ਨਹੀਂ, ਡਰਾਮੇ 'ਚ ਨਹੀਂ ਕੰਮ ਚਾਹੀਦਾ, ਇਹ ਮੁਸ਼ਤਾਕ ਸ਼ੋਰੂਮ ਨਹੀਂ ਹੈ। ਹਾਂਜੀ ਹਾਂਜੀ, ਅਤੇ ਕੀ ਗੱਡੀ ਚਾਹੀਦੀ ਕੋਈ? ਹਾਂਜੀ, ਗੱਡੀਆਂ ਦੇ ਸਿਲਸਿਲੇ ਦੇਖ ਲਓ, ਗੱਡੀ ਕਿਹੜੀ ਚਾਹੀਦੀ ਆ? ਆ ਜਾਓ, ਘਰੇਲੂ ਗੱਡੀ ਕੋਈ ਚਾਹੀਦੀ ਆ ਜੀ। ਘਰੇਲੂ ਕਿਹੜੀ ਹੁੰਦੀ ਉੱਥੇ? ਜਿਹੜੀ ਮਰਜ਼ੀ ਤੁਸੀਂ, ਬੱਚੇ ਜਾਣ, ਬੀ ਬੇਗਮ ਜਾਵੇ, ਘਰੇਲੂ ਹੁੰਦੀ ਕੋਈ ਲੈਦਾ ਕੋਈ? ਬਾਕੀ ਬਦਮਾਸ਼ ਗੱਡੀਆਂ ਸਾਰੀਆਂ ਅਵਾਰਾ ਗੱਡੀਆਂ ਨੇ। ਘਰੇਲੂ ਹੁੰਦੀ ਭਾਅ ਜੀ, ਆਪਣੇ ਇਸਤੇਮਾਲ 'ਚ ਲਿਆਉਣੀ, ਤੁਸੀਂ ਘਰੇਲੂ ਲਾ ਲਓ, ਬਿਜ਼ਨਸ 'ਚ ਲਾ ਲਓ, ਜਾਂ ਕਿਤੇ ਆਉਣਾ ਜਾਣਾ। ਤੇ ਨਹੀਂ, ਉਹ ਘਰੇਲੂ ਗੱਡੀ ਤਾਂ ਮਰਾਦ ਹੁੰਦਾ ਵਾ ਵੀ ਤੁਸੀਂ ਇਹ ਜਿਹੜੀ ਘਰ ਦੇ ਕੰਮਾਂ ਵਾਸਤੇ ਹੋਵੇ, ਇੱਕ ਉਹ ਚਾਹੀਦੀ ਆ, ਅਤੇ ਇੱਕ ਭੈੜੇ ਕੰਮਾਂ ਵਾਸਤੇ। ਇੱਕ ਘਰ ਦੇ ਕੰਮਾਂ ਲਈ ਲੈ ਲਾ, ਇੱਕ ਭੈੜੇ ਕੰਮਾਂ ਲਈ ਲੈ ਲਾ। ਨਹੀਂ ਨਹੀਂ ਭਾਅ ਜੀ, ਗੱਡੀ ਹੁੰਦੀ ਆ ਬਹੁਤ ਬੇਜ਼ਬਾਨ, ਉਹਦੇ ਕੋਲ ਵਿਚਾਰੀ ਕੋਈ ਜਿੱਧਰ ਮਰਜ਼ੀ ਉਹਨੂੰ ਲਾ ਲਓ। ਇਹਨੇ ਇੱਕ ਬਿਜ਼ਨਸ ਵਾਸਤੇ ਮੈਂ ਚਾਹੀਦੀ ਆ, ਇੱਧਰ ਨੂੰ ਆ ਜਾਓ। ਅੱਛੀ ਗੱਡੀ ਦਿਖਾਉਣੀ ਆ, ਜਿਹਦੀ ਕੋਈ ਐਵਰੇਜ ਵੀ ਅੱਛੀ ਹੋਵੇ। ਕਿਉਂ ਭਾਅ ਜੀ, ਉਹ ਗੱਡੀ ਤੁਹਾਡੇ ਕੋਲ ਹੈ ਨਹੀਂ, ਜਿਹਦੇ 'ਚ ਛੋਟੀ ਜਿਹੀ ਫਰਿੱਜ ਵੀ ਹੁੰਦੀ ਆ? ਬੋਤਲਾਂ ਵੇਚਣੀਆਂ ਤੂੰ, ਫਰਿੱਜ ਕੀ ਕਰਨੀ? ਨਹੀਂ, ਹੁੰਦੀਆਂ ਗੱਡੀਆਂ ਉਹਦੇ 'ਚ ਹੁੰਦੀ ਭਾਅ ਜੀ। ਤੁਸੀਂ ਦੱਸੋ ਨਾ ਕਿੰਨੀ ਕੁ ਤੁਹਾਡੇ ਕੋਲ ਗੁੰਜਾਇਸ਼, ਕਿੰਨੀ ਕੁ ਉਸ ਟਾਈਪ ਦੀ? ਆਈਸ ਬੋਕਸ ਹੁੰਦਾ ਵਾ ਵਿੱਚ, ਉਹ ਬਰਫ਼ ਵੀ ਹੁੰਦੀ ਆ ਨਾਲ, ਆਈਸ ਪੀਣੀ ਬਹਿ ਕੇ ਵਿੱਚ। ਤੁਸੀਂ ਭਾਅ ਜੀ ਪਸੰਦ ਕਰ ਲਓ ਨੋਰਮਲ ਗੱਡੀ ਗੱਡੀ ਦੇਖੋ ਜੀ, ਚਾਹੀਦੀ ਆ ਸਾਨੂੰ ਦੋ। ਇੱਕ ਤਾਂ ਮੇਰੀਆਂ ਵਾ ਦੋ ਸ਼ਾਦੀਆਂ, ਮਾਸ਼ਾ ਅੱਲਾਹ, ਅਤੇ ਇੱਕ ਦੂਸਰੀ ਬੀਵੀ ਵਾਸਤੇ ਚਾਹੀਦੀ ਹੈ। ਅੱਛਾ,
ਇੱਕ ਮੇਰੇ ਆਪਣੇ ਬਿਜ਼ਨਸ ਵਾਸਤੇ ਕਿਤੇ ਪਾਰਟੀ ਡਿਸਕਸ ਹੁੰਦੀ ਆ ਕੋਈ ਕਾਨਫਰੰਸ 'ਚ ਮੈਂ ਜਾਣਾ ਹੁੰਦਾ ਤੂੰ ਆਪ ਤਾਂ ਲੈ ਨਾ ਉਹ ਲੈ ਲਏਗੀ ਆਪੇ ਹੀ ਹੈਲੋ ਹਾਂ ਕੀ ਉਹ ਕਿੱਥੋਂ ਲੈ ਲਏਗੀ ਆਪੇ ਭਾਅ ਜੀ ਦੇਖ ਲਓ ਦੋ ਮਿਲ ਜਾਣਗੀਆਂ ਲੇਕਿਨ ਤੁਸੀਂ ਇਹ ਦੱਸੋ ਮੈਂ ਉਹਦਾ ਘਰ ਵਾਲਾ ਵਾਂ ਜ਼ਾਰੀ ਬਾਤ ਆ ਮੈਂ ਹੀ ਲੈ ਕੇ ਦੇ ਜ਼ਾਹਰ ਹੈ ਤੁਹਾਡੀ ਜ਼ਿੰਮੇਵਾਰੀ ਆ ਦੇਖ ਲਓ ਇਹ ਖਲੋਤੀ ਗੱਡੀ ਹੈ ਖਲੋਤੀ ਆ ਇਹਦੇ ਜਿੰਨਾ ਇਹ ਕਿਹੜੀ ਗੱਡੀ ਹੈ ਜੀ ਹੈ ਜੀ ਕਰੋਲਾ ਹਾਂਜੀ ਹਾਂਜੀ ਇਹ ਕਰੋਲਾ ਅੱਛੀ ਗੱਡੀ ਹੈ ਭਾਅ ਜੀ ਮਜ਼ਬੂਤ ਆ ਹਾਂਜੀ ਇਹ ਮਜ਼ਬੂਤ ਗੱਡੀ ਬਣਾਈ ਉਹਨਾਂ ਨੇ ਪਾਰਟਸ ਇਹਦੇ ਸਾਰੇ ਜੈਨੂਅਨ ਆ ਜੈਨੂਅਨ ਕਿੰਨੀ ਚੱਲੀ ਹੈ ਕਿੰਨੀ ਚੱਲੀ ਹੈ ਉਹ ਮੀਟਰ ਤੋਂ ਹਿਸਾਬ ਲਾ ਲੈਂਦੇ ਕਿੰਨੀ ਚੱਲੀ ਹੈ ਤਿੰਨ ਆ ਦੇਖ ਲਓ ਆ ਜਾਓ ਤੁਹਾਨੂੰ ਖੋਲ੍ਹ ਕੇ ਵੀ ਦਿਖਾ ਦਿੰਦੇ ਹਾਂ ਓਏ ਆਹ ਚਾਬੀ ਲਿਆ ਓਏ ਅਨਵਰ ਅਨਵਰ ਬਹੁਤ ਚਾਬੀ ਲਿਆ ਇਹਦੀ ਹੁਣ ਤੁਸੀਂ ਲੈਣੀ ਕਿਹੜੀ ਭਾਅ ਜੀ ਪਹਿਲਾਂ ਮੈਨੂੰ ਇਹ ਦੇਖ ਲਓ ਇਹ ਸਨਰੂਫ ਹੈਗੀ ਆ ਇਹਦਾ ਸ਼ੀਸ਼ਾ ਵੀ ਖੁੱਲ੍ਹ ਜਾਂਦਾ ਇਹਦੇ 'ਚ ਖਲੋ ਕੇ ਬੱਚੇ ਤੁਹਾਡੇ ਇੰਜਨ 'ਚ ਵੀ ਕਰ ਸਕਦੇ ਆ ਸਨਰੂਫ ਕੀ ਹੁੰਦਾ ਵਾ ਧੁੱਪ ਨਹੀਂ ਪੈਂਦੀ ਇਹਦੇ 'ਚ ਨਹੀਂ ਧੁੱਪ ਪੈਂਦੀ ਆ ਸਨਰੂਫ ਹੁੰਦਾ ਕਿ ਇਹ ਖੁੱਲ੍ਹ ਜਾਂਦਾ ਇਹ ਦੇਖੋ ਬਿਸਮਿਲ੍ਲਾ ਇਹ ਦੇਖ ਲਓ ਮੈਨੂਅਲ ਗੱਡੀ ਨਹੀਂ ਗੀ ਇਹ ਆਟੋਮੈਟਿਕ ਆ ਆਟੋ ਗੱਡੀ ਆ ਉੱਧਰੋਂ ਦੀ ਆ ਜਾਓ ਬਲਕਿ ਇੱਥੇ ਹੀ ਰਹੋ ਇਹ ਦੇਖ ਲਓ ਗੱਡੀ ਤਾਂ ਸਾਫ਼ ਸੁਥਰੀ ਆ ਇੱਕ ਹੱਥ ਚੱਲੀ ਲੱਗਦੀ ਆ ਟੁੰਡੇ ਨੇ ਚਲਾਈ ਇੱਕ ਹੱਥ ਚੱਲੀ ਰਾਜ ਕਿਸੇ ਨੇ ਅਹਤਿਆਤ ਨਾ ਬੰਦੇ ਹੁੰਦੇ ਆ ਨਾ ਕਈ ਵਨ ਹੈਂਡ ਚੱਲੀ ਲੋਕ ਗੱਡੀ ਨਾਲ ਬੜੀ ਮੁਹੱਬਤ ਕਰਦੇ ਕਈ ਲੋਕ ਕਈ ਬਹੁਤ ਬਵੈਤੀ ਚਲਾਉਂਦੇ ਆ ਇਹ ਤੁਸੀਂ ਪਿੱਛੇ ਆਓ ਤੁਹਾਨੂੰ ਮੈਂ ਡਿੱਗੀ ਹਰ ਚੀਜ਼ ਜੈਨੂਅਨ ਹੈ ਇਹਦੀ ਅੱਛਾ ਜੀ ਹਾਂਜੀ ਇਹ ਦੇਖ ਲਓ ਆ ਚਾਬੀਆਂ ਵੀ ਵੇਚਦੇ ਹੋ ਉਹ ਨਹੀਂ ਉਹ ਭਾਈ ਆ ਸਾਰੀਆਂ ਗੱਡੀਆਂ ਦੀਆਂ ਪਈਆਂ ਵਾ ਜ਼ਾਹਰ ਆ ਲੋਕਾਂ ਦੀਆਂ ਗੱਡੀਆਂ ਕੁਛ ਸਾਡੀਆਂ ਆਪਣੀਆਂ ਨੇ ਇਹ ਦੇਖੋ ਡਿੱਗੀ ਬਹੁਤ ਖੁੱਲ੍ਹੀ ਡੁੱਲੀ ਆ ਅਗਰ ਤੁਸੀਂ ਸਫ਼ਰ 'ਚ ਵੀ ਜਾਣਾ ਨਾ ਤਿੰਨ ਬੱਚੇ ਤੇਰੇ ਇੱਥੇ ਆ ਜਾਣੇ ਆ ਹੈਂਜੀ ਬੱਚੇ ਮੈਂ ਕਿਹਾ ਪਿੱਛੇ ਵੀ ਬਹਿ ਸਕਦੇ ਆ ਯਾਰ ਉਹ ਮੇਰੇ ਬੱਚੇ ਆ ਮੁਰਗੀਆਂ ਦੇ ਬੱਚੇ ਆ ਵੀ ਇੱਥੇ ਪਿੱਛੇ ਬਹਿਣਾ ਉਹਨਾਂ ਨਹੀਂ ਹੁੰਦਾ ਨਾ ਬੱਚੇ ਸ਼ੌਕ ਨਾਲ ਇੱਥੇ ਲੱਤਾਂ ਲਮਕਾ ਕੇ ਬਹਿ ਜਾਂਦੇ ਆ ਕਿਹੜੀ ਨਹਿਰ ਆ ਥੱਲੇ ਜਿਹੜੇ ਉਹਨਾਂ ਨੇ ਪੈਰ ਡਬੋ ਕੇ ਬਹਿਣਾ ਪਰ ਵਾਲੇ 'ਚ ਸਮਾਨ ਵੀ ਕਾਫੀ ਆ ਜਾਂਦਾ ਭਾਅ ਜੀ ਦੇਖ ਲਓ ਡਿੱਗੀ ਆ ਥੱਲੇ ਸਟੱਪਣੀ ਹੈ ਮੈਂ ਤਾਂ ਕਹਿੰਦਾ ਭਾਈ ਆ ਅਕੁਰਾ ਅੰਦਾਜ਼ੀ ਕਰ ਲਈਏ ਜਿੱਦਾਂ ਮੈਂ ਅੱਖਾਂ ਬੰਦ ਕਰਕੇ ਜਿਹੜੀ ਚਾਬੀ ਚੁੱਕਾਂ ਉਹ ਹੀ ਲੈ ਲੈਂਦੇ ਹਾਂ ਜਿੱਦਾਂ ਠਹਿਰ ਜੋ ਭਾਈ ਨਿਲਾਮ ਘਰ 'ਚ ਆਏ ਹੋ ਤੁਸੀਂ ਸ਼ੋਰੂਮ 'ਤੇ ਆਏ ਹੋ ਇਹ ਦੇਖ ਲਓ ਗੱਡੀ ਤਾਂ ਮਾ ਠੀਕ ਆ ਮਾਸ਼ਾਅੱਲਾ ਡਿੱਗੀ ਵੀ ਬੇਭਾਵ ਆ ਹਾਂਜੀ ਸਰਦੀਆਂ ਨੂੰ ਰਜ਼ਾਈਆਂ ਰਜ਼ੂਈਆਂ ਇਹਦੇ 'ਚ ਤੜਾਈਆਂ ਗੱਦੇ ਬੰਦਾ ਇਹਦੇ 'ਚ ਹੀ ਰੱਖ ਲੈਂਦਾ ਵਾ ਜੋ ਮਰਜ਼ੀ ਰੱਖੋ ਤੁਹਾਡੀ ਚੀਜ਼ ਆ ਮੇਰੇ ਵੱਲੋਂ ਭਾਵੇਂ ਪਿੱਛੇ ਕੁੱਤੇ ਰੱਖ ਲਓ ਅੱਛਾ ਜੀ ਇਹਦਾ ਕੀ ਹਦੀਆ ਤਨ ਤੋਹਫਾ ਤਨ ਇਹਦਾ ਉਹ ਹਦੀਆ ਨਹੀਂ ਕਹੀਦਾ ਭਾਈ ਹਦੀਆ ਤਨ ਨਹੀਂ ਨਹੀਂ ਮਸਲਨ ਜੈਜ਼ ਜੈਜ਼ ਮੇਰਾ ਮਕਸਦ ਆ ਕੀ ਆ ਇਹਦਾ ਜੈਜ਼ ਜੈਜ਼ ਹੀ ਆ ਸਾਡੇ ਕੋਲ ਜੈਜ਼ ਦੇ ਹੀ ਆ ਸਾਰੇ ਇਹਦਾ ਜੀ ਭਾਅ ਜੀ ਹੈਗਾ 47,52,500 ਰੁਪਇਆ 500 ਰੁਪਈਆ ਕਾਹਦਾ ਨੇਂਦਰਾ ਲੈਣਾ ਤੁਸੀਂ ਮੇਰੇ ਨਹੀਂ ਉਹ ਤੁਸੀਂ ਆਪਣੀ ਖੁਸ਼ੀ ਨਾਲ ਦੇ ਦੇਣਾ 1,000 ਦੇ ਦਿਓ ਬੱਚੇ ਜੀ ਇੱਥੇ ਫਿਰਦੇ ਨਾ ਕੰਮ ਕੁੰਮ ਕਰਦੇ ਅਤੇ ਫਿਰਦੇ ਰਹਿਣ ਉਹਨਾਂ ਦਾ ਤਾਂ ਕੰਮ ਹੀ ਇੱਥੇ ਆ ਗੱਡੀ ਲੈਣਾ ਨਹੀਂ ਉਹ ਆਪਣੀ ਖੁਸ਼ੀ ਨਾਲ ਲੋਕ ਦੇ ਜਾਂਦੇ ਆ ਕੋਈ ਮਸਲਾ ਨਹੀਂ ਚਲੋ ਤਾਂ ਜਦੋਂ ਗੱਡੀ ਲਵਾਂਗੇ ਉਦੋਂ ਖੁਸ਼ੀ ਹੋਊਗੀ ਨਾ ਸਾਨੂੰ ਦੇਖ ਲਓ ਫਿਰ ਇਹਦੇ 'ਚ ਕੋਈ ਵੱਜੀ ਵੁੱਜੀ ਤਾਂ ਨਹੀਂ ਗੱਡੀ ਕਿਤੇ ਅੱਲਾ ਰਹਿਮ ਕਰੇ ਤੇਰੇ ਕੋਲ ਨਾ ਵੱਜੇ ਕਿਤੇ ਡੈਂਟਿੰਗ ਪੇਂਟਿੰਗ ਕਲਰ ਕਰਾਇਆ ਹੋਵੇ ਗੱਡੀ ਨਹੀਂ ਭਾਅ ਜੀ ਤੁਸੀਂ ਦੇਖ ਲਓ ਜੈਨੂਅਨ ਗੱਡੀ ਆ ਥੋੜ੍ਹਾ ਬਹੁਤਾ ਤਾਂ ਹੋ ਹੀ ਜਾਂਦਾ ਵਾ ਮਤਲਬ ਇੰਨਾ ਕੁ ਤਾਂ ਹੁੰਦਾ ਹੀ ਆ ਇਹ ਪਾਕਿਸਤਾਨ ਆ ਇਹ ਕਿਹੜਾ ਇੰਗਲੈਂਡ ਆ ਗੱਡੀ ਇੱਥੇ ਬਦੋ ਬਦੀ ਵੱਜ ਜਾਂਦੀ ਚਿੰਗਚੀ ਵਾਲਾ ਮਾਰ ਕੇ ਬਾਅਦ 'ਚ ਹੱਥ ਜੋੜ ਲੈਂਦਾ ਗਰੀਬ ਆਦਮੀ ਆ ਅਗਲੇ ਦੀ ਲੱਖਾਂ ਦੀ ਗੱਡੀ ਤਬਾਹ ਕਰਕੇ ਆਪ ਗਰੀਬ ਬਣ ਜਾਂਦੇ ਹਾਂ ਮੈਂ ਦੇਖਿਆ ਇੱਥੇ ਇਸ਼ਾਰਾ ਜਿਹੜਾ ਵਾ ਉਹਦਾ ਹੀ ਨਹੀਂ ਕੋਈ ਲਿਹਾਜ਼ ਕਰਦਾ ਮੇਰਾ ਜ਼ਿਆਦਾ ਵਕਤ ਨਾ ਬਾਹਰ ਹੀ ਗੁਜ਼ਰਿਆ ਵਾ ਘਰੋਂ ਜਾਂ ਬਾਹਰ ਦੇ ਮੁਲਕ ਨਹੀਂ ਜੀ ਮੁਲਕੋ ਇਸ ਪਾਕਿਸਤਾਨ 'ਚੋਂ ਬਾਹਰ ਦੀ ਗੱਲ ਕਰਦਾ ਕਿਹੜੇ ਮੁਲਕ ਹੁੰਦੇ ਤੁਸੀਂ ਮੈਂ ਉਜ਼ਬੇਕਿਸਤਾਨ 'ਚ ਉੱਥੇ ਬੜਾ ਕੰਮ ਕੀਤਾ ਮੈਂ ਉੱਧਰੋਂ ਹੀ ਆਇਆ ਕਿੱਥੇ ਉਜ਼ਬੇਕਿਸਤਾਨ ਮੁਲਕ ਦਾ ਨਾਂ ਨਹੀਂ ਕਦੀ ਸੁਣਿਆ ਮੈਨੂੰ ਤਾਂ ਲੱਗਦਾ ਤੂੰ ਕਬਰਸਤਾਨ ਤੋਂ ਆਇਆ ਜਿਹੜਾ ਤੁਹਾਨੂੰ ਦੱਸਣ ਗਿਆ ਇਹ ਲੈ ਲਓ ਤੁਸੀਂ ਅੱਛੀ ਗੱਡੀ ਆ ਬੱਚਿਆਂ ਲਈ ਮਜ਼ਬੂਤ ਆ ਹਰ ਕਾਪੀ ਛੋਟੀ ਗੱਡੀ ਦਿਖਾਓ ਜਿਹੜੀ ਨਾ ਕਾਪੀ ਜੈਨੂਅਨ ਇਹਦੀ ਹਰ ਚੀਜ਼ ਦਾ ਟੋਕਨ ਸ਼ੋਕਨ ਹੋਏ ਆ ਸਾਰੇ ਅੱਛਾ ਜੀ ਹਾਂਜੀ ਹਾਂ ਕੋਈ ਛੋਟੀ ਗੱਡੀ ਬੱਚਿਆਂ ਵਾਸਤੇ ਨਾ ਧਾਗੇ ਵਾਲੀ ਲੈ ਲਾ ਫਿਰ ਉੱਥੋਂ ਬੱਚਿਆਂ ਵਾਸਤੇ ਲੈ ਲਾ ਧਾਗੇ ਵਾਲੀ ਉਹ ਚੰਗੀ ਹੁੰਦੀ ਅਤੇ ਆਓ ਅੰਦਰ ਅਲੀ ਭਾਈ ਬੈਠੇ ਮੈਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾ ਦਿਆਂ ਚਲੋ ਕਿਉਂਕਿ ਜ਼ੁਲਫਕਾਰ ਚੌਰੀ ਸਾਹਿਬ ਸਾਡੇ ਪਿਆਰੇ ਨੇ ਜੀ ਮੁਹੱਬਤ ਕਰਨ ਵਾਲੇ ਨੇ ਆਜੋ 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 ਅਸਲਾਮ ਵਾਲੇਕੁਮ ਅਲੀ ਭਾਈ ਜੀ ਚੌਰੀ ਜ਼ੁਲਫਕਾਰ ਸਾਹਿਬ ਨੇ ਬੰਦਾ ਭੇਜਿਆ ਕਹਿੰਦਾ ਗੱਡੀ ਕੋਈ ਚਾਹੀਦੀ ਇਹਨਾਂ ਨੂੰ ਬਿਲਕੁਲ ਫੋਨ ਆਇਆ ਸੀ ਚੌਰੀ ਸਾਹਿਬ ਦਾ ਹਾਂਜੀ ਅਤੇ ਉਹ ਗੱਡੀ ਰੈਫਰੈਂਸ ਦਾ ਇਹ ਹੁੰਦਾ ਵਾ ਵੀ ਜ਼ਰਾ ਕਾਪੀ ਸ਼ਾਪੀ ਜੈਨੂਅਨ ਲੱਭ ਜਾਂਦੀ ਆ ਟੋਕਨ ਸ਼ੋਕਨ ਗੱਡੀ ਦੇ ਪੂਰੇ ਲੱਗੇ ਹੁੰਦੇ ਆ ਅਤੇ ਚੌਰੀ ਸਾਹਿਬ ਨੇ ਭੇਜਿਆ ਤੁਹਾਨੂੰ ਹੁਣ ਦੋ ਨੰਬਰ 'ਤੇ ਨਹੀਂ ਨਾ ਗੱਡੀ ਕੋਈ ਦੇਣੀ ਦੋਨਾਂ ਦੋ ਨੰਬਰ ਇੱਥੇ ਕੰਮ ਹੁੰਦਾ ਵੀ ਨਹੀਂ ਅੱਛਾ ਜੀ
चलो अच्छी गल है जी। मैं उन्होंने मैनू जड़ा भेजिया इस वास्ते भी मुश्ताक मोटर से जाना मैं इस वास्ते इतने आया नहीं उन्हों का अपना शोरूम आ कोई मसला नहीं। चलो कोई नहीं कहवा आ के पी लाँगे तुम गड्डी दिखाओ असं क्या ही नहीं चलो कहना ही आज नहीं नहीं अरे भाई तुसी बैठो जे टाइम है ते काम सेवा पियो पहले टाइम नहीं मेरी मीटिंग का मैं आगे जाना तो जिन्होंने गड्डी देखनी आ रहे ने नहीं मैं खुद देखनी है गड्डी उन्होंने ते के साइकिल साहब आ गए ते कोई साइकिल साहब आ गए नहीं वो कहंदे साइकिल ही है जी ठीक है वैसे ही उन्होंने साइकिल इस तरह दी है कोई चोई साहब दा फोन आया दिखाओ इन्हां नूं गड्डी इन्हां दी खिदमत शिदमत भी करो कावा भी पियो सर जेड़ी छाय चाह पानी जो भी है सी मेहरबानी जी बहुत शुक्रिया। और लेना देना मुकद्दरा दा टोकन खर्ची खाने छाने दा केड़ा मसला हुंदा जी लियाओ चलो गुरकी ला लेने आ फिर देख लांगे इधर तशरीफ लियाओ चलो गड्डी देख लो अच्छा जी खाना भी आ जांदा वा चलो आजो गड्डी पहला देख ले आजो आजो बड़ी बेहतरीन हैगी आ ओ बच्चियां दा मसला जी मैं कहना भी बच्चे बार बार डिमांड ना करन एक बारी कोई अच्छी चीज ले दिए उन्हां नूं ए देख लो गड्डी जी हां एक मैं अपने लिए लेनी है एक बच्चियां वास्ते गड्डी लेनी ते बच्चे ਤੁਹਾਡੇ ਨਾਲ ਬਹਿਣਾ ਨਹੀਂ ਪਸੰਦ ਕਰਦੇ ਜਾਂ ਕੀ ਮਤਲਬ ਕਿ ਨਹੀਂ ਉਹ ਬੱਚਿਆਂ ਨਹੀਂ ਲੈਦਾ ਦੋ ਸ਼ਾਦੀਆਂ ਨਾ ਦੂਸਰੀ ਬੀਵੀ ਵਾਸਤੇ ਉਹਨਾਂ ਦੇ ਬੱਚਿਆਂ ਵਾਸਤੇ ਲੈਦਾ ਗੱਡੀ ਲੈ ਮੈਂ ਫਸਟ ਟਾਈਮ ਹੀ ਗੱਡੀ ਦੇਖ ਰਿਹਾ ਜੀ ਪਹਿਲੇ ਅੰਨੇ ਹੁੰਦੇ ਸੀ ਤੁਸੀਂ ਇਹ ਮੈਂ ਇਹ ਗੱਡੀ ਮੈਂ ਇਹਦਾ ਕੀ ਨਾਮ ਆ ਜੀ ਕਾਸਟ ਹੈ ਜੀ ਕਾਸਟ ਇਹ ਇਹਦੀ ਕਿਹੜੀ ਕਾਸਟ ਆ ਜੀ ਰਾਣੇ ਰਾਜਪੂਤ ਪੱਟੀ ਆ ਮਸਲ ਜੱਟ ਵਾ ਤੇਲੀ ਆ ਮਲਕ ਆ ਕਾਸਟ ਗੱਡੀ ਆ ਕਾਸਟ ਕਾਸਟ ਵੀ ਕਹਿ ਜਾਂਦੇ ਇਹਨੂੰ ਕਾਸਟ ਵੀ ਕਹਿ ਦਈਦਾ ਤੁਸੀਂ ਜੋ ਮਰਜ਼ੀ ਕਹੀ ਜਾਓ ਤੁਸੀਂ ਇਹਦਾ ਨਾਮ ਭਾਵੇਂ ਬਾਨੋ ਰੱਖ ਲਓ ਪ੍ਰਵੀਨ ਰੱਖ ਲਓ ਇਹਨੂੰ ਨਹੀਦ ਕਹੀ ਜਾਓ ਭਾਵੇਂ ਨਸਰੀਨ ਕਹੀ ਜਾਓ ਜੋ ਮਰਜ਼ੀ ਕਹੋ ਇਹਨੂੰ ਇਹਨੇ ਗੁੱਸਾ ਕਰਨਾ ਕੋਈ ਨਹੀਂ ਇਹ ਤਾਂ ਕੋਈ ਮੈਨੂੰ ਹਲਕੀ ਕਾਸਟ ਦੀ ਲੱਗ ਰਹੀ ਆ ਬਰਾਲ ਹੈ ਨਹੀਂ ਫੈਮਿਲੀ ਲਈ ਬੜੀ ਅੱਛੀ ਗੱਡੀ ਆ ਛੋਟੀ ਭਾਬੀ ਨੇ ਚਲਾਉਣੀ ਨਾ ਹਾਂਜੀ ਉਹਨਾਂ ਉੱਪਰ ਤੇ ਹੈਲੋ ਘਰ ਦੇ ਕੰਮਾਂ ਵਾਸਤੇ ਆ ਘਰ ਦੇ ਕੰਮਾਂ ਵਾਸਤੇ ਇਹ ਦੇਖ ਲਓ ਇਹਦਾ ਅੱਗੋ ਜਾਲੀ ਵੀ ਬੜੀ ਅੱਛੀ ਆ ਹਰ ਚੀਜ਼ ਅੱਛੀ ਆ ਏਸੀ ਕੈਸਾ ਇਹਦਾ ਹੈਂਜੀ ਏਸੀ ਕੈਸਾ ਵਾ ਤੁਸੀਂ ਲਾਸ਼ਾਂ ਰੱਖਣੀਆਂ ਵਿੱਚ ਏਸੀ ਠੀਕ ਚੱਲਦਾ ਇਹਦਾ ਨਾਰਮਲ ਹੁੰਦਾ ਜੀ ਯਾਰ ਬੱਚਿਆਂ ਨੇ ਬਹਿਣਾ ਵਾ ਜ਼ਾਰੀ ਬਾਤ ਆ ਗਰਮੀ ਦਾ ਮੌਸਮ ਸਰਦੀ ਦਾ ਆਉਣਾ ਵਾ ਹੀਟਰ ਦਾ ਦੱਸੋ ਵੀ ਹੀਟਰ ਵਿੱਚ ਚੱਲਦਾ ਕਿ ਨਹੀਂ ਨਹੀਂ ਤੇਰੇ ਕਲਰ ਤੋਂ ਨਹੀਂ ਲੱਗਦਾ ਕਿ ਤੇਰੇ ਬੱਚੇ ਏਸੀ 'ਚ ਬੈਠੇ ਹੋਣਗੇ ਉਹਦੇ ਅੱਗ ਅੱਗੇ ਬੈਠੇ ਹੋਣੇ 24 ਘੰਟੇ ਹੀਟਰ ਵੀ ਚੱਲਦਾ ਏਸੀ ਵੀ ਚੱਲਦਾ ਭਾਅ ਜੀ ਇਹਦਾ ਅਤੇ ਅੰਦਰੋਂ ਦੇਖਣਾ ਚਾਹੁੰਦੇ ਹੋ ਇਹਦਾ ਕੀ ਰੇਟ ਆ ਜੀ ਇਹਦਾ ਭਾਅ ਜੀ ਤੁਹਾਡੇ ਨਾਲ ਇੱਕੋ ਹੀ ਗੱਲ ਕਰਾਂਗੇ ਅਸੀਂ ਯਾਰ ਇੱਕੋ ਗੱਲ ਤਾਂ ਤੂੰ ਇੰਝ ਕਹਿੰਦਾ ਪੀਰ ਬਾਜ਼ਾਰ ਲਾਉਂਦਾ ਰਿਹਾ ਵਾ ਇੱਦਾਂ ਸ਼ੋਰੂਮ ਵਾਲਾ ਕਿਹੜਾ ਕਹਿੰਦਾ ਵਾ ਇੱਕੋ ਹੀ ਗੱਲ ਕਰਦੇ ਭਾਅ ਜੀ ਆਹ ਸੂਟ 150 ਦਾ ਵਾ ਅਤੇ ਲੈ ਲਓ ਤੁਸੀਂ ਸ਼ਕਲੋ ਸ਼ਰੀਫ ਆਦਮੀ ਲੱਗਦੇ ਮੈਂ ਤੁਹਾਡੇ ਨਾਲ ਬਾਰਗੇਨਿੰਗ ਨਹੀਂ ਕਰਨਾ ਚਾਹੁੰਦਾ 23 ਲੱਖ ਰੁਪਇਆ ਉਹ ਵੀ ਤੁਹਾਡੇ ਵਾਸਤੇ ਉਹ ਇਹ ਗੱਲਾਂ ਹੀ ਹੁੰਦੀਆਂ ਭਾਅ ਜੀ ਆ ਮੈਂ ਤੁਹਾਡੇ ਵਾਸਤੇ ਘੱਟ ਕਰ ਰਿਹਾ ਵੱਧ ਕਰ ਰਿਹਾ ਮੁਨਾਫੇ ਤੋਂ ਬਗੈਰ ਕੋਈ ਗੱਲ ਕਰਦਾ ਬੰਦਾ ਕੋਈ ਵੈਸੇ ਭਾਅ ਜੀ ਤੁਸੀਂ ਚਾਹ ਪੀਓ ਸਾਡੇ ਕੋਲ ਰੋਟੀ ਖਾਓ ਮੈਨੂੰ ਲੱਗਦਾ ਗੱਡੀ ਵਾਲਾ ਫੇਸ ਹੀ ਨਹੀਂ ਤੁਹਾਡਾ ਹੈਲੋ ਹਾਂ ਕਿਹੜਾ ਗੱਡੀ ਵਾਲਾ ਫੇਸ ਕਿਹੜਾ ਹੁੰਦਾ ਵਾ ਪੈਸਾ ਹੋਣਾ ਚਾਹੀਦਾ ਡਾਲਰ ਜਦੋਂ ਦਾ ਮਹਿੰਗਾ ਹੋਇਆ ਨਾ ਗੱਡੀਆਂ ਮਹਿੰਗੀਆਂ ਹੋ ਗਈਆਂ ਭਾਅ ਜੀ ਜਾ ਕੇ ਦੇਖੋ ਤਾਂ ਸਹੀ ਗੱਡੀ ਨੂੰ ਤਾਂ ਹੱਥ ਨਹੀਂ ਲੱਗਦਾ ਹਾਂ ਲੈ ਮੈਂ ਤਾਂ ਲਾਤਾ ਉਹ ਜਾ ਤੂੰ ਲਾਤਾ ਉਹ ਮਿਸਾਲ ਹੁੰਦੀ ਆ ਆ ਦੇਖੋ ਅੰਦਰੋਂ ਗੱਡੀ ਇੱਧਰੋਂ ਦੀ ਇੱਧਰੋਂ ਹੀ ਦੇਖੋ ਹੈਲੋ ਨਹੀਂ ਮੈਂ ਕਿਹਾ ਦੇਖ ਲਓ ਇੱਦਾਂ ਨਹੀਂ ਕਸਟਮਰ ਨੂੰ ਡੀਲ ਕਰੀਦਾ ਬਾਊ ਨਹੀਂ ਉਹ ਮੈਂ ਕਿਹਾ ਜਗ੍ਹਾ ਤੰਗ ਆ ਨਾ ਇੰਝ ਵਿੱਚ ਵਾੜ ਦਿਆਂ ਤੁਹਾਨੂੰ ਗੱਡੀ ਲੈਣ ਆਇਆ ਮੈਂ ਚਿੰਗਚੀ ਲੈਣ ਨਹੀਂ ਆਇਆ ਪਹਿਲਾਂ ਬੂਹਾ ਬੰਦ ਕਰੋ ਇੱਥੇ ਆਓ ਮੈਂ ਆਪ ਖੋਲਦਾ ਜੀ ਸਾਬਾਂ ਵਾਸਤੇ ਆਓ ਵਿੱਚ ਓਏ ਹੈਲੋ ਕੀ ਹੋਇਆ ਯਾਰ ਕਿੱਥੇ ਗਏ ਹੋ ਅਲੀ ਭਾਈ ਕਿੱਥੇ ਗਏ ਅਲੀ ਭਾਈ ਵੀ ਇੱਥੇ ਹੀ ਆ ਜਾਂਦੇ ਹੋਣੇ ਯਾਰ ਤੁਸੀਂ ਮੈਨੂੰ ਦੱਸੋ ਸੀ ਮੈਂ ਬੈਗ ਕਾਰੀ ਯਾਰ ਭਾਈ ਨਹੀਂ ਸ਼ੀਸ਼ਾ ਬਲੈਕ ਨਾ ਤੁਹਾਡਾ ਕਲਰ ਵੀ ਬਲੈਕ ਆ ਤੇ ਮੈਨੂੰ ਲੱਗਦਾ ਨਹੀਂ ਪਤਾ ਵੀ ਬਹਿ ਗਏ ਕੋਈ ਖਲੋਤੇ ਤੇਰਾ ਕੰਮ ਆ ਸਿਰਫ ਗੱਡੀ ਨੂੰ ਦਿਖਾਉਣਾ ਸਮਝਦਾ ਨਾ ਤਾਂ ਚਲਾਉਣੀ ਆਉਂਦੀ ਗੱਡੀ ਯਾਰ ਚਲਾਉਣੀ ਆਉਂਦੀ ਆ ਹੋਰ ਮੈਂ ਗੱਡੀ ਐਵੇਂ ਲੈ ਲਈ ਚਲੋ ਬੈਠੋ ਦੇਖ ਲਓ ਅੰਦਰੋਂ ਗੱਡੀ ਸਾਰੀ ਸਾਫ਼ ਆ ਇਹ ਗੱਡੀ ਦਾ ਦਰਵਾਜ਼ਾ ਦੱਸ ਦਿੰਦਾ ਹੁੰਦਾ ਗੱਡੀ ਕੈਸੀ ਹੈ ਸਾਹ ਰੋਕ ਰਿਹਾ ਭਾਈ ਕੀ ਹੋਇਆ ਭਾਅ ਜੀ ਉਹ ਭਾਅ ਜੀ ਸਾਹ ਨਹੀਂ ਆ ਰਿਹਾ ਸਾਹ ਰੋਕ ਰਿਹਾ ਖੋਲੋ ਬੂਆ ਕੌਣ ਨਹੀਂ ਆ ਰਿਹਾ ਉਹ ਸਾਹ ਨਹੀਂ ਆ ਰਿਹਾ ਭਾਅ ਜੀ ਬੂਆ ਖੋਲੋ ਅਲੀ ਭਾਈ ਆ ਰਹੇ ਨੇ ਆ ਰਹੇ ਨੇ ਉਹ ਯਾਰ ਮੈਂ ਤੁਹਾਡੇ ਘਰ ਦਾ ਦਰਵਾਜ਼ਾ ਨਹੀਂ ਖੜਕਾਉਣ ਡਿਆ ਆ ਵਾ ਆਹ ਖੋਲੋ ਐ ਖੋਲਣਾ ਆਹੋ ਇੱਦਾਂ ਕਹੋ ਨਾ ਕੀ ਹੋਇਆ ਯਾਰ ਤੂੰ ਕੈਸਾ ਆਦਮੀ ਆ ਤੂੰ ਹੈ
ਸਾਹ ਰੁਕਣ ਲੱਗਾ ਸੀ ਅੰਦਰ ਤੁਹਾਨੂੰ ਸਾਹ ਦੀ ਕਸਰ ਆ ਮੈਨੂੰ ਲੱਗਦਾ ਇਹ ਲੈ ਲਓ 23 ਲੱਖ ਰੁਪਇਆ ਭਾਅ ਜੀ ਬਿਹਤਰੀਨ ਗੱਡੀ ਹੈਗੀ ਹੈ ਕਿੰਨਾ ਇਹਦਾ 23 ਲੱਖ 23 ਲੱਖ ਰੁਪਇਆ ਥੱਲੇ ਉੱਤੇ ਕਰ ਲਾਂਗੇ ਥੋੜ੍ਹਾ ਬਹੁਤਾ ਤੁਹਾਡੇ ਨਾਲ ਚਲੋ ਇਹ ਤਾਂ ਇੱਕ ਹੋ ਗਈ ਨਾ ਬੱਚਿਆਂ ਵਾਸਤੇ ਆਹੋ ਬੱਚਿਆਂ ਨੂੰ ਦਿਖਾ ਲਓ ਇੱਕ ਵਾਰੀ ਸੈਲਫੀ ਖਿੱਚ ਕੇ ਭੇਜ ਦਿਓ ਮੇਰਾ ਸੈੱਲ ਫੋਨ ਮੇਰਾ ਖਿਆਲ ਗੱਡੀ 'ਚ ਹੀ ਰਹਿ ਗਿਆ ਕਿਹੜੀ ਗੱਡੀ 'ਚ ਮੇਰੇ ਦੇ 'ਚ ਆਇਆ ਤੂੰ ਹਾਂਜੀ ਤੂੰ ਤਾਂ ਚਿੰਗਸ਼ੀ 'ਚੋਂ ਉਤਰਿਆ ਇੱਥੇ ਯਾਰ ਉਹ ਵੀ ਗੱਡੀ ਆ ਉਹਨੂੰ ਵੀ ਗੱਡੀ ਕਹਿੰਦੇ ਆ ਹਾਂ ਚਲੋ ਇੱਕ ਇਹ ਹੋ ਗਈ ਚਿੰਗਸ਼ੀ ਨੂੰ ਕਿਹੜਾ ਜਹਾਜ਼ ਕਹੀਦਾ ਗੱਡੀ ਆ ਇੱਕ ਇਹ ਕਰਦੀ ਆ ਇਹ ਗੱਡੀ ਪਾਕਿਸਤਾਨੀ ਨਹੀਂ ਭਾਅ ਨੇ ਜਪਾਨੀ ਗੱਡੀ ਆ ਜਪਾਨ ਦੀ ਤਾਂ ਗੱਡੀ ਮਸ਼ਹੂਰ ਆ ਤੁਹਾਨੂੰ ਪਤਾ ਨਹੀਂ ਯਾਰ ਉਹ ਬੜੀ ਕੰਫਰਟੇਬਲ ਹੈਗੀ ਤੁਹਾਨੂੰ ਹਰ ਚੀਜ਼ ਮਜ਼ਾ ਏਸੀ ਬੜਾ ਮਜ਼ੇਦਾਰ ਹੈ ਨੋ ਡਾਊਟ ਕੰਫਰਟੇਬਲ ਇੱਕ ਵਾਰੀ ਤੂੰ ਬੱਚਿਆਂ ਨੂੰ ਪਾ ਜੇ ਉਹਨਾਂ ਨੂੰ ਨਮੂਨੀਆ ਨਾ ਹੋਵੇ ਮੈਨੂੰ ਕਹੀ ਤੂੰ ਇੰਨਾ ਠੰਡ ਆਉਂਦਾ ਯਾਨੀ ਕਿ ਬੱਚਿਆਂ ਨੂੰ ਬਹਾ ਕੇ ਇੱਕ ਨਾਲ ਹਕੀਮ ਵੀ ਭਾਵਾਂ ਨਹੀਂ ਮੈਂ ਕਿਹਾ ਕੂਲਿੰਗ ਬਹੁਤ ਅੱਛੀ ਹੈ ਇਹਦੀ ਏਡੀ ਕਾੜੀ ਕੂਲਿੰਗ ਆ ਵੀ ਮੇਰਾ ਲੈਦੇ ਨਾ ਨੋ ਡਾਊਟ ਬੜੀ ਅੱਛੀ ਗੱਡੀ ਆ ਹਾਂਜੀ ਲੇਕਿਨ ਇਹਦੀ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਵਾ ਇਹਦੇ ਪਾਰਟਸ ਨਹੀਂ ਮਿਲਦੇ ਮੁੜ ਕੇ ਜਪਾਨੀ ਦੇ ਨਾ ਉਹ ਬੜਾ ਮਸਲਾ ਬਣਦਾ ਵਾ ਪਾਰਟਸ ਕੀ ਕਰਨੇ ਤੂੰ ਅਸੀਂ ਸਾਡੇ ਕੋਲ ਆ ਜੀ ਜਦੋਂ ਪਾਰਟਸ ਨਾ ਲੱਭਣ ਕਿਤੇ ਨਹੀਂ ਉਹ ਜਪਾਨੀ ਗੱਡੀ ਦਾ ਹੈ ਵਾ ਇਹ ਰੌਲਾ ਕਾਫੀ ਇਹਦੀ ਜੈਨੂਇਨ ਆ ਉਹ ਨਹੀਂ ਭਾਜੀ ਹੁਣ ਤਾਂ ਆਨਲਾਈਨ ਹਰ ਚੀਜ਼ ਆ ਅਗਲੇ ਜਪਾਨ ਦਾ ਤੂੰ ਇੱਥੇ ਚੀਜ਼ਾਂ ਮੰਗਾ ਲੈਂਦੇ ਨੇ ਆ ਜਾਂਦੀਆਂ ਨਹੀਂ ਤੂੰ ਜਾਂਦੇ ਹੀ ਮਾਰ ਦੇਣੀ ਵੀ ਤੈਨੂੰ ਹੁਣੇ ਪਾਰਟਸ ਦਾ ਪਤਾ ਲੱਗ ਗਿਆ ਵੀ ਕਿਹੜੇ ਨਹੀਂ ਜਿਹੜੀ ਮਰਜ਼ੀ ਵਰਕਸ਼ਾਪ 'ਚੋਂ ਕੰਮ ਕਰਾ ਲਓ ਤੁਸੀਂ ਇਹਦਾ ਨਹੀਂ ਮੇਰਾ ਮਕਸਦ ਇਹ ਆ ਵੀ ਇਹਦੇ ਮੈਂ ਜੈਨੂਇਨ ਟੈਂਕੀ ਟਾਪੇ ਲਾ ਕੇ ਰੱਖ ਲਵਾਂ ਹੈਂ ਅਤੇ ਫਿਰ ਜਦੋਂ ਵੇਚਣੀ ਹੋਵੇ ਬੰਦਾ ਉਹ ਲਾ ਦਿੰਦਾ ਮੋਟਰਸਾਈਕਲ ਭਾਅ ਜੀ ਇਹਦੇ ਕਿਹੜੇ ਟੈਂਕੀ ਟਾਪੇ ਹੁੰਦੇ 1-5 ਲੈ ਰਹੇ ਨਹੀਂ ਇਹਦੇ ਨਹੀਂ ਲੱਥਦੇ ਉਹ ਨਹੀਂ ਭਾਈ ਇਹਦੇ ਕਿਹੜੇ ਹੁੰਦੇ ਅਤੇ ਕਾਪੀ ਕੂਪੀ ਇਹਦੇ ਕਿੰਨਾ ਚੱਲੀ ਆ ਇਹ 50,000 ਚੱਲੀ ਭਾਅ ਜੀ ਯਾਰ 40,000 50,000 ਤੋਂ ਘੱਟ ਕੋਈ ਗੱਡੀ ਨਹੀਂ ਚੱਲੀ ਤੁਸੀਂ ਮੌਤ ਦੇ ਖੂਹ 'ਤੇ ਚਲਾਉਂਦੇ ਗੱਡੀਆਂ ਭਾਅ ਜੀ ਹੁਣ 0 ਮੀਟਰ 'ਤੇ ਨਹੀਂ ਨਾ ਤੁਸੀਂ ਸ਼ੋਰੂਮ 'ਤੇ ਹੋਇਆ ਚੱਲੀ ਗੱਡੀ ਯਾਰ ਕੋਈ 10,000-20,000 ਗੱਡੀ ਚੱਲੀ ਹੋਵੇ ਪਤਾ ਹੋਵੇ ਵੀ ਯਾਰ ਇਹ ਫਲਾਂ ਪ੍ਰੋਫੈਸਰ ਕੋਲ ਗੱਡੀ ਸੀ ਉਹ ਸਿਰਫ ਕਾਲਜ ਜਾਂਦਾ ਸੀ ਅਤੇ ਵਾਪਸ ਆ ਜਾਂਦਾ 10,000 ਵਾਲੀ ਵੀ ਹੈਗੀ ਭਾਅ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਐਡੀ ਸਸਤੀ ਗੱਡੀ ਵੀ ਹੈਗੀ 10,000 ਜਿਹੜਾ 10,000 ਜਿਹੜੀ ਚੱਲੀ 10,000 ਚੱਲੀ ਜਿਹੜੀ ਆ ਹਾਂ ਅਤੇ ਕੋਈ ਵੱਡੀ ਗੱਡੀ ਦਿਖਾਓ ਕੋਈ ਥੱਲੇ ਆਉਣਾ ਤੂੰ ਆਹ ਤਾਂ ਲੈ ਲਾ ਪਹਿਲਾਂ ਸਾਨੂੰ ਪਤਾ ਨਹੀਂ ਛੋਟੀ ਗੱਡੀ ਤੋਂ ਇੱਕਦਮ ਤੂੰ ਵੱਡੀ 'ਤੇ ਆ ਗਿਆ ਕਿਹੜੀ ਵੱਡੀ ਹੋਵੇ ਫਾਰਚੂਨਰ ਹੈ 50 ਸਾਲ ਦੀ ਹੋਵੇ ਮੈਂ ਉਮਰ 'ਚ ਵੱਡੀ ਨਹੀਂ ਕਹਿਣ ਡਿਆ ਹਾਂ ਮੈਂ ਵੈਸੇ ਪਰਸਨੈਲਿਟੀ ਦੇ ਹਵਾਲੇ ਨਾਲ ਕਹਿ ਰਿਹਾ ਫਾਰਚੂਨਰ ਹੈ ਆਪਣੇ ਕੋਲ ਤੇਰੀ ਸ਼ਕਲ ਹੈ ਬਹਿਣ ਵਾਲੀ ਉਹਦੇ 'ਚ ਹੈਲੋ ਨਹੀਂ ਹੈਲੋ ਕੀ ਪੰਜਾਬੀ ਫਿਲਮ 'ਚ ਨਹੀਂ ਤੁਸੀਂ ਸੁਣਿਆ ਉਹ ਜਿਹੜੀ ਮਾਈ ਆ ਕਿਹੜੀ ਉਹਨੂੰ ਉਹ ਨਿੱਕੇ ਜੈਲਦੇਰ 'ਚ ਕਹਿੰਦੀ ਮੈਂ ਤੈਨੂੰ 4 ਚੂੜੀਆਂ ਵਾਲੀ ਗੱਡੀ ਲੈ ਦੂੰਗੀ ਤੂੰ ਪੜ੍ਹਾਈ 'ਚ ਪਾਸ ਉਹ ਗੱਡੀ ਮੈਂ ਲੈਣੀ ਆ 4 ਚੂੜੀਆਂ ਵਾਲੀ ਓਡੀ ਉਹਨੂੰ ਕਹਿੰਦੇ ਓਡੀ 4 ਚੂੜੀਆਂ ਵਾਲੀ ਕਿਹੜੀ ਹੋਈ ਉਹੀ 4 ਚੂੜੀਆਂ ਹੁੰਦਾ ਜਿਹੜਾ ਉਹਦਾ ਪ੍ਰੋਮੋ ਆ ਇੱਦਾਂ ਕਰਕੇ ਤੂੰ ਭਾਬੀ ਦੀਆਂ ਚੂੜੀਆਂ ਫਿਲਮ ਵੇਖੀ ਹੋਣੀ ਆ ਉੱਥੋਂ ਤੈਨੂੰ ਯਾਦ ਆ ਓਡੀ ਗੱਡੀ ਆਹ ਦੇਖੋ ਹੈਗੀ ਤੁਹਾਡੇ ਕੋਲ ਆਓ ਉਹ ਇੱਧਰੋਂ ਕਿੱਧਰੋਂ ਨਵੀਆਂ ਗੱਡੀਆਂ ਭਾਈ ਇੱਧਰੋਂ ਦੀ ਜਗ੍ਹਾ ਤਾਂ ਹੈ ਨਹੀਂ ਤੁਸੀਂ ਕੋਈ ਮਾੜਾ ਜਿਹਾ ਫਰਕ ਨਾ ਹੀ ਗੱਡੀਆਂ ਖਿਲਾ ਰਿਹਾ ਕਰੋ ਤੁਸੀਂ ਸਾਡੀ ਆਪਣੀ ਟੈਕਨੀਕ ਆ ਨਾ ਤੁਸੀਂ ਇੱਧਰ ਆਓ ਭਾਅ ਜੀ ਇੱਧਰ ਆਓ ਗੱਲ ਸੁਣੋ ਹਾਂਜੀ ਹਾਂਜੀ ਇਹ 4 ਚੂੜੀਆਂ ਵਾਲੀ ਭਾਅ ਜੀ ਇਹ ਦੇਖੋ 1, 2, 3, 4, 5, 6, 7, 8 ਤੁਸੀਂ 4 ਕਿੱਦਾਂ ਕਹੀ ਜਾਂਦੇ ਤੁਸੀਂ ਡਬਲ ਚੂੜੀ ਗਿਣ ਰਹੇ ਹੋ ਭਾਅ ਜੀ ਤੁਸੀਂ ਨਲਕਿਆਂ ਨੂੰ ਚੂੜੀਆਂ ਤਾਂ ਨਹੀਂ ਪਾਉਂਦੇ ਕਿਤੇ ਇਹ ਦੇਖੋ 1, 2, 3, 4 ਇਹ 4 ਚੂੜੀਆਂ ਅੱਛਾ ਜੀ ਗੱਡੀ ਤਾਂ ਅੱਛੀ ਆ ਇਹ ਸਿਰਫ ਮੈਂ ਚੂੜੀਆਂ ਲਾ ਕੇ ਦਵਾਂ ਬਾਅਦ 'ਚ ਪਾ ਕੇ ਵੇਖ ਲਓ ਠੀਕ ਆ ਪੂਰੀਆਂ ਤੁਹਾਨੂੰ ਇਹ ਸਿਰਫ ਮੈਂ ਡਿਸਕਸ ਵਾਸਤੇ ਆਫਿਸ ਮੀਟਿੰਗ ਵਾਸਤੇ ਲੈਣੀ ਆ ਕਾਨਫਰੰਸ ਕਰਨੀ ਆ ਜਦੋਂ ਆਓ ਬੈਠੋ ਭਾਅ ਜੀ ਅਤੇ ਇਹ ਕਿੰਨਾ ਕੁ ਚੱਲੀ ਆ ਜੀ ਇਹ 10,000 ਚੱਲੀ ਅਤੇ ਪਾਰਟਸ ਇਹਦੇ ਸਾਰੇ ਜੈਨੂਇਨ ਇਹ ਤਾਂ ਜੈਨੂਇਨ ਗੱਡੀ ਭਾਅ ਜੀ 10,000 'ਚ ਕਿਹੜੇ ਜੈਨੂਇਨ ਨਹੀਂ ਹੋਣੇ ਆਓ ਬੈਠੋ ਤੁਸੀਂ ਇੱਕ ਮਿੰਟ ਆਪ ਨਾ ਖੋਲਾਂ ਮੈਂ ਭਾਉਂਦਾ ਤੁਹਾਨੂੰ ਪਹਿਲੇ ਬਹਿ ਜਾਓ ਦੇਖੋ ਜ਼ਰਾ ਆਓ ਭਾਅ ਜੀ ਧਿਆਨ ਨਾਲ ਯਾਰ ਜਦੋਂ ਦਰਵਾਜ਼ਾ ਖੋਲੀਏ ਨਾ ਉਦੋਂ ਕਹੀਦਾ ਹੁੰਦਾ ਵੈਲਕਮ ਸਰ ਬੈਠੋ ਉਹ ਵੈਲਕਮ ਸਰ ਤੂੰ ਮੇਰਾ ਮਾਲਕ ਆ ਬਹਿ ਜਾ ਇੱਥੇ ਗੱਡੀ ਲੈਣ ਆਇਆ ਤੂੰ ਮੈਂ ਹੁਣੇ ਤੈਨੂੰ ਸਲੂਟ ਵੀ ਨਾਲ ਮਾਰਾਂ ਹੈ ਨਾ ਤੇਰੇ ਵਰਗੇ ਬੰਦੇ ਨਾ ਗੱਡੀ ਦਾ ਸ਼ੀਸ਼ਾ ਖੜਕਾਉਂਦੇ ਆ ਇਸ਼ਾਰੇ ਆ ਅਤੇ ਤੂੰ ਵਿੱਚ ਬਹਿ ਰਿਹਾ ਪਰ ਹਾਲ ਤੁਸੀਂ
हैलो भाजी देखो जरा गड्डी देख रहा वहां अन्ना मैं ओ सामने तुहानू हर शायद ही नज़र आएगी ये सिर वाहन वाला नहीं जिहड़ा तुसीं वाह रहे हो देख लो माशाल्लाह गड्डी तो प्यारी है जी हाँ जी हाँ जी हाँ जी बस अल्लाह तुहाडे नसीब करे जी ये एस्ट्रे है भाजी एस्ट्रे सिगरट सुगरट भी कई पींदे ना लोग ये चाह पवा के लिया मासा ओए चाह वाला नहीं सिगरट वाला भाई चाह पवा के लिया चाह नहीं हैगी इस थोड़ी जी सवाह सिर च पाला तमीज कर भाई तमीज आ जाओ फिर आ जाओ ले लो भाजी ये अच्छी गड्डी है ना ना राम ना राम ना गड्डी तो कंफर्टेबल है जी सीट सूट वाहवा हाँ जी ये किन्ने दी है भाजी ओडी ये भाजी मैं तो अंदाज से दवा लेकिन तुसी लेनी नहीं ये 85 लाख की तुम मिल जाएगी सिर्फ हाँ 85 लाख का तो कोई मसला ही नहीं कोई मसला ही नहीं है खब्बी जेब च होना तेरे 85 लाख की है भाजी गड्डी लेकिन जिते जाए एक बार ब्रेक लाओगे ना अगले कहे कोई बंदा आया बल्कि वो कहे कोई गड्डी आया ये भाई जिते तुम जाके खिलारोगे ना यार दोस्तों या ईवेंट च कितने जी जी एक बार तो कहे कि गड्डी आई है हाँ जी तो जो तुम बिचों निकलना उन्हें कहना आ की आया हेलो नहीं गड्डी एक सवारी होंगी अल्लाह जिते खुश होंगे उन्होंने सवारी दे देता है हाँ जी तो लै लो तुम बेहतर आ गड्डी तो गड्डी तो प्यारी मैं पसंद आई है हाँ हाँ तो माशाल्लाह ट्राई भी लै सकते हैं नहीं ट्राई नाल मुंडा जाएगा साडा वो तुहानू ट्राई दे देगा ते नहीं तुहाडे कोई मेरे ते तो बेतबारी आ मसलन तुहाडे मेरे इन्ने चिर दे रिलेशन आ फिर चौरी जुल्फकार साहब भी जिहड़े चौरी जुल्फकार साहब साडे प्रोड्यूसर ने हाँ जी अली भाई भी प्रोड्यूसर आ जी जी तो इदां ते नहीं गड्डी तुहानू दे देनी कि हुणे ते तुसीं मिले हो ते कादे तलक तुहाडे नाल साडे ते चलो चौरी जुल्फकार साहब ना ते है ना मेरे वो जमानत दे सकदे आ मेरी वो गरंटी चाहीदी है ना तुहानू चौरी साहब आउण इत्थे भावें 20 गड्डियां लै जाण नहीं मैं उन्होंने फोन करवा दिना वा दरअसल भाजी गल पता की है हाँ मेरा ना ताया ना नारोवाल बीमार है अल्लाह रहम करे उदा ना बस ना हुण घड़ी पाली जाओ अच्छा ते मरना सब ने ही है तुसी भी मरना वा तू मर हाँ मैं कल ही मरना हजे जदों आई है उदों ही आनी है तू पहले ही सलामा करी जा ते उन्होंने फोन आया सी मैनू क्योंकि सारे खानदान दे विच ना वो मैं ही जाके फिर सारा अरेंज करना वा कफन दफन का भी तो जो भी यार लैन तू गड्डी आया तो मैं फौतगी दसन लग पे तू क्योंकि हर खानदान दे विच एक ऐसा शख्स हुंदा जिन्हें गमियां खुशियां अपने तो जिहड़े गरीब खानदान दे सपोर्ट करनी चाहिए उन्हें सपोर्ट करना वा तो उन्हों का मैनू फोन आया सी मैं क्या तू फौतगी तो ही करदा जिंदा दी करया कर हां सपोर्ट मर गया बंदा फिर की सपोर्ट करनी उहदी नहीं नहीं मैं 2 किलो सेब भेजे आ उत्थे नारोवाल लै के इत्थों ना गोल्डन हाँ के गाचा नहीं नहीं वो गाचा तो नहीं चंगा हुंदा वो भाई उहदा ना घड़ी पाली आ मेरा ताया ना चलो जी असीं तो दुआ ही कर सकते अल्लाह उहनूं जिंदगी देवे तुसीं गड्डी दी गल करो आहो गड्डी दी गड्डी दे नाल ही रिलेटेड आ गल पता की आ की कि उहनां दा फोन आया सी भी ताया ना घड़ी आ पाल आ ते आ के ना उहदा मूँह देख जा वो मेरी गड्डी जिहड़ी आ ना उहदा कोई इंजन बह गया ਜਿਹੜੀ ਮੇਰੀ ਜ਼ਾਤੀ ਪਹਿਲੇ ਸਾਰਾ ਜਿਹਦੇ 'ਚ ਤੂੰ ਬਹਿਣਾ ਇੰਜਣ ਹੀ ਬਹਿਣਾ ਉਹਦਾ ਹੋਰ ਕੀ ਬਹਿਣਾ ਬਲਕਿ ਉਹਦਾ ਤਾਂ ਪੱਠਾ ਵੀ ਬਹਿ ਗਿਆ ਹੋਣਾ ਟਾਇਰ ਟੂਰ ਵੀ ਬਹਿ ਗਏ ਹੋਣੇ ਅਤੇ ਇਹ 2 ਦਿਨ ਵਾਸਤੇ ਮੈਨੂੰ ਤੁਸੀਂ ਟਰਾਈਲ ਦੇ ਦਿਓ ਮੈਂ ਨਾਲੇ ਤਾਏ ਦਾ ਪਤਾ ਲੈ ਆਵਾਂ ਹਾਂ ਹਾਂ ਨਾਲੇ ਮੈਂ ਇਹਦੀ ਮੈਂ ਟਰਾਈ ਲੈ ਆਊਂਗਾ ਫਿਰ ਆ ਕੇ ਤੈਅ ਕਰ ਲਾਂਗੇ ਵੀ ਕੀ ਕਿੰਨੇ ਪੈਸੇ ਆ ਯਾਰ ਤੂੰ ਪਾਗਲ ਤਾਂ ਨਹੀਂ ਜਾਂ ਤੇਰੇ ਸਿਰ 'ਚ ਇੱਟ ਵੱਜੀ ਆ ਇੰਜ ਹੁੰਦਾ ਕਦੀ ਕਿਆ 85 ਲੱਖ ਦੀ ਗੱਡੀ ਤੈਨੂੰ ਦੇ ਦਈਏ ਜਾਓ ਜੀ ਤਾਏ ਦਾ ਪਤਾ ਵੀ ਲੈ ਆਓ ਅਤੇ ਟਰਾਈ ਵੀ ਲੈ ਆਓ ਅਤੇ 2 ਦਿਨ ਤੂੰ ਲਈ ਫਿਰੇ ਗੱਡੀ ਨਹੀਂ ਨਹੀਂ ਟਰਾਈ ਤਾਂ ਦੇਣੀ ਆ ਨਾ ਤੁਸੀਂ ਟਰਾਈ ਲੈ ਕੇ ਮੈਂ ਮੁੱਲ ਲੈਣੀ ਆ ਦੁਆ ਤੂੰ ਤਾਏ ਦਾ ਪਤਾ ਲੈਣ ਜਾਣਾ ਨਾ ਮੇਰਾ ਭਰਾ ਉੱਥੋਂ ਰੈਂਟ 'ਤੇ ਮਿਲਦੀਆਂ ਗੱਡੀਆਂ ਉਹ ਲੈ ਲਾ ਜਾ ਯਾਰ ਲੇਖ ਲਿਖਾ ਕਰ ਲੈਂਦੇ 2 ਦਿਨ ਦਾ ਉਹ ਲੇਖ ਲਿਖਾ ਅਸੀਂ ਰੈਂਟ 'ਤੇ ਦਿੰਦੇ ਗੱਡੀਆਂ ਯਾਰ ਉਹ ਭਾਈ ਮੇਰਾ ਤਾਇਆ ਮਰਨ ਵਾਲਾ ਵਾ ਉਹਦੇ ਥੋੜ੍ਹੇ ਟਾਈਮ ਉਹਦਾ ਮਰਨ ਦੇ ਤਾਏ ਨੂੰ ਤੂੰ ਹੀ ਮਾਰ ਵਿੱਚ